ਇਹ ਤਸਵੀਰਾਂ ਗਵਾਹ ਨੇ ਕਿ ਆਦਿਕਾਲ ਤੋਂ ਹੀ ਆਦਮ ਦੀ ਫਿਤਰਤ ਰਹੀ ਹੈ ਆਪਣੇ ਵਿਚਾਰ ਤੇ ਚੌਗਿਰਦੇ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਉਣ ਵਾਲੀਆਂ ਨਸਲਾਂ ਲਈ ਮਹਿਫੂਜ਼ ਰੱਖਣ ਦੀ। ਸਿਲਸਿਲਾ ਸ਼ੁਰੂ ਹੋਇਆ ਚਿੱਤਰਲਿਪੀ ਤੋਂ ਤੇ ਇਨਸਾਨੀ ਦਿਮਾਗ ਦੇ ਵਿਕਸਿਤ ਹੋਣ ਦੇ ਨਾਲ ਨਾਲ ਉਸਦਾ ਆਲਾ ਦੁਆਲਾ ਵੀ ਵਿਕਸਿਤ ਹੁੰਦਾ ਗਿਆ। ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਵਿਦਵਾਨਾਂ ਨੇ ਬਥੇਰੀਆਂ ਗਿਆਨਵਾਨ ਲਿਖਤਾਂ ਪੱਤਿਆਂ ਤੇ ਫਿਰ ਲੱਕੜੀ ਦੀਆਂ ਫੱਟੀਆਂ ਤੇ ਲਿਖੀਆਂ, ਪਰ ਲੋੜਵੰਦ ਸਧਾਰਨ ਲੋਕਾਂ ਤੱਕ ਇਹਨਾਂ ਦੀ ਉਪਲਬਧਤਾ ਸ਼ਾਇਦ ਬਹੁਤੀ ਨਾ ਹੋ ਸਕੀ। ਗੁਰੂ ਨਾਨਕ ਦੇਵ ਜੀ ਦੇ ਸਮੇਂ ਕਾਲ ਅੰਦਰ ਸਹਿਮੇ ਤੇ ਭਟਕੇ ਸਮਾਜ ਲਈ ਇੱਕ ਐਸੇ ਗਿਆਨ ਦੇ ਅਥਾਹ ਸਾਗਰ ਨੂੰ ਸਾਂਭ ਕੇ ਰੱਖਣ ਦੀ ਲੋੜ ਮਹਿਸੂਸ ਹੋਈ ਜੋ ਰਹਿੰਦੀ ਦੁਨੀਆ ਤੱਕ ਸਮੂਹ ਮਾਨਵਤਾ ਦਾ ਮਾਰਗ ਦਰਸ਼ਨ ਕਰ ਸਕੇ। ਗੁਰੂ ਨਾਨਕ ਪਾਤਸ਼ਾਹ ਦੇ ਥਾਪੜੇ ਅਤੇ ਗੁਰੂ ਅੰਗਦ ਦੇਵ ਜੀ ਦੇ ਉਦਮਾ ਸਦਕਾ ਇੱਕ ਇਲਾਹੀ ਲਿਪੀ ਦਾ ਜਨਮ ਹੋਇਆ, ਗੁਰਮੁਖੀ। ਪੰਜਾਬੀਆਂ ਨੂੰ ਬਗਾਨੀ ਭਾਸ਼ਾ ਫਾਰਸੀ ਦੀਆਂ ਜ਼ੰਜੀਰਾਂ ਤੋਂ ਆਜ਼ਾਦੀ ਦਿਵਾਉਣ ਦੇ ਨਾਲ ਨਾਲ ਇਸ ਲਿਪੀ ਦਾ ਮੁੱਖ ਉਦੇਸ਼ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਜੋ ਸਦੀਆਂ ਤੱਕ ਅਕਸ਼ਤ ਰਹਿ ਸਕੇ। ਜਿਸ ਲਈ ਦੂਰਨਦੇਸੀ ਗੁਰੂ ਸਾਹਿਬਾਨ ਨੇ ਐਸਾ ਕਾਗਜ਼ ਤੇ ਸਿਆਹੀ ਤਿਆਰ ਕਰਨਾ ਆਰੰਭ ਕੀਤੇ ਜਿਸ ਉੱਤੇ ਨਾ ਤਾਂ ਸਮੇਂ ਅਤੇ ਨਾ ਹੀ ਵਾਤਾਵਰਣ ਦਾ ਕੋਈ ਅਸਰ ਹੋ ਸਕੇ। ਬੜੀ ਮਿਹਨਤ ਨਾਲ ਸਣ ਨੂੰ ਕੁੱਟ ਕੁੱਟ ਕੇ ਖਾਸ ਕਿਸਮ ਦਾ ਕਾਗਜ਼ ਤਿਆਰ ਕੀਤਾ ਗਿਆ, ਫਿਰ ਇਸ ਨੂੰ ਕੀੜੇ ਮਕੌੜਿਆਂ ਤੋਂ ਬਚਾਉਣ ਅਤੇ ਖੂਬਸੂਰਤੀ ਦੇਣ ਲਈ ਹਲਦੀ ਅਤੇ ਕਾਨਪੁਰੀ ਕੱਥੇ ਆਦਿ ਦੇ ਲੇਪ ਲਾਏ ਗਏ। ਸਿਆਹੀ ਦੀ ਵਿਧੀ ਤਾਂ ਹੋਰ ਵੀ ਔਖੀ ਸੀ। ਨਿੰਮ ਦੇ ਘੋਟਣੇ ਤੇ ਸੋਨੇ ਦੀ ਮੇਖ ਗੱਢ, ਤਾਂਬੇ ਦਾ ਭਾਂਡਾ ਵਰਤ ਕੇ ਅਨੇਕਾਂ ਦੁਰਲਭ ਜੜੀਆਂ ਬੂਟੀਆਂ ਜਿਵੇਂ ਲਾਜਵਰਦਾ, ਦੂਰ ਕਾ ਕੱਜਲ, ਕਿੱਕਰ ਦੀ ਗੂੰਦ, ਵਿਜੇਸਾਰ ਕਾ ਪਾਣੀ, ਦੇਵੇ ਦਾ ਫੁੱਲ ਅਤੇ ਹੋਰ ਪਤਾ ਨਹੀਂ ਕੀ ਸਮੱਗਰੀ ਪਾ ਕੇ ਕਈ ਕਈ ਪੀਣਾ ਮਗਰੋਂ ਤਿਆਰ ਹੋਈ ਇਹ ਸਿਆਹੀ, ਤੇ ਫਿਰ ਪੂਰੀ ਸ਼ਰਧਾ ਤੇ ਰਹਿਤ ਮਰਿਆਦਾ ਨਾਲ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੀ ਅਗਵਾਈ ਹੇਠ ਭਾਈ ਗੁਰਦਾਸ ਜੀ ਨੇ 52 ਪੀੜੇ ਤੇ 22 ਮੰਜੀਆਂ ਨਾਲ ਸੰਪੂਰਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੱਖਰਕਾਰੀ ਦਾ ਪਾਵਨ ਕਾਰਜ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਿਤ ਸਰੂਪ ਕਈ ਇਤਿਹਾਸਿਕ ਗੁਰਦੁਆਰਿਆਂ ਵਿੱਚ ਅੱਜ ਵੀ ਬਿਰਾਜਮਾਨ ਨੇ, ਉਸ ਅਮਰ ਜੋਤ ਵਾਂਗ ਜਿਸ ਦਾ ਚਾਨਣ ਗਿਆਨ, ਸ਼ਰਧਾ ਅਤੇ ਵਿਰਸੇ ਦੇ ਰੂਪ ਵਿੱਚ ਮਾਨਵ ਜਾਤੀ ਲਈ ਹਮੇਸ਼ਾ ਬਣਿਆ ਰਹੇਗਾ।